ਨਹੀਂ ਫਿਰ ਇੱਥੇ ਕਿੱਦਾਂ ਛੱਡਤੀ ਗੱਡੀ, ਇੱਥੇ ਕਿੱਦਾਂ ਛੱਡਤੀ, ਲੋਕਾਂ ਦੀ ਛੱਡਦੇ ਹੋ? ਨਹੀਂ ਉਹ ਮੁਲਾਜ਼ਮ ਸੀਗਾ ਤਾਂ ਗੱਡੀ ਛੱਡੀ ਆ। ਲੋਕਾਂ ਦੀਆਂ ਛੱਡਦੇ ਹੋ ਗੱਡੀਆਂ ਤਾਂ? ਹਾਂਜੀ ਹਾਂ ਸਰ। ਕਿਹਦੀ ਛੱਡੇ ਕਿਆ ਦੱਸੋ ਮੈਨੂੰ, ਗਿਣਤੀ ਦੱਸੋ ਕਿਹਦੀ ਕਿਹਦੀ ਲੋਕਾਂ ਦੀ ਗੱਡੀ ਛੱਡੀ ਤੁਸੀਂ? ਲੋਕਾਂ ਨੂੰ ਤੁਸੀਂ ਖੱਜਲ ਕਰਦੇ ਹੋ ਪੁਲਿਸ। ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ, ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ, ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਵਾਲਿਆਂ ਦੀ ਤੁਸੀਂ ਸੇਵਾ ਕਰਦੇ ਹੋ ਹੈ? ਨਹੀਂ ਚਲਾਨ ਚਲਾਨ ਕੱਟਿਆ ਜਾਊਗਾ, ਮੰਨ ਕੇ ਛੱਡਤੀ ਇੱਥੇ, ਫਿਰ ਉਹਨੂੰ ਅਹਿਸਾਸ ਕਿੱਦਾਂ ਹੋਊਗਾ ਬੰਦੇ ਨੂੰ? ਲੋਕਾਂ ਨੂੰ ਤੁਸੀਂ ਅਹਿਸਾਸ ਕਰਾਉਂਦੇ ਹੋ, ਮੁਲਾਜ਼ਮਾਂ ਨੂੰ ਕਿਉਂ ਨਹੀਂ ਕਰਾਉਂਦੇ? ਮੇਰੇ ਕਹਿਣ ਦਾ ਇਹ ਮਤਲਬ ਹੈ, ਤੁਸੀਂ ਲੋਕਾਂ ਨੂੰ ਵੀ ਏਦਾਂ ਗੱਡੀਆਂ ਛੱਡਦੇ ਹੋ ਕਿ ਨਹੀਂ ਛੱਡਦੇ ਹੋ? ਆਹ ਦੱਸੋ ਪਹਿਲੇ, ਕਿੰਨੀਆਂ ਗੱਡੀਆਂ ਛੱਡੀਆਂ? ਫਿਰ ਤੁਹਾਨੂੰ ਕਿਦਾਂ ਪਤਾ ਛੱਡਦੇ ਹੋ? ਗੱਡੀ ਦਫ਼ਤਰ ਵਾਲਿਆਂ ਛੱਡੀ, ਤੂੰ ਛੱਡੀ ਹੈ? ਕਿੰਨੇ ਹੁਕਮ ਹੋਇਆ ਮੇਰਾ ਵੀਰ, ਗੱਲ ਤੁਸੀਂ ਥੋੜੀ ਦੇਰ ਪਹਿਲਾਂ ਹੁਣੇ ਕਹਿ ਰਹੇ ਸੀ ਨਾ ਹੁਕਮ ਹੈ ਕਿ ਅਸੀਂ ਗੱਡੀ ਛੱਡ ਸਕਦੇ ਹਾਂ, ਕਿਹੜਾ ਹੁਕਮ ਹੈ ਮੈਨੂੰ ਦੱਸੋ? ਸਰ ACP ਸਾਹਿਬ ਨਾਲ ਗੱਲ ਕਰੋ, ਉਹਨਾਂ ਨੇ ਕਿਹਾ ਵੀ ਜੋ ਮੌਕੇ 'ਤੇ ਬੰਦਾ ਆਇਆ ਤਾਂ ਉਹ ਰੋਂਗ ਪਾਰਕਿੰਗ ਚਲਾਉਣ ਕਰਾ ਸਕਦੇ। ਆਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਮੁਲਾਜ਼ਮ ਦੀ ਗੱਡੀ ਜਿਹੜੀ ਨੋ ਪਾਰਕਿੰਗ 'ਚ ਲੱਗੀ ਸੀ, ਤਾਂ ਮੁਲਾਜ਼ਮ ਦੀ ਗੱਡੀ ਜਿਹੜੀ ਟੋ ਕਰ ਲਿੱਤੀ ਗਈ ਸੀ, ਤਾਂ ਉਸ ਤੋਂ ਬਾਅਦ ਜਦੋਂ ਇਹ ਮੁਲਾਜ਼ਮ ਗੱਡੀ ਦੇ ਅੱਗੇ ਆਇਆ ਤਾਂ ਗੱਡੀ ਜਿਹੜੀ ਛੱਡ ਦਿੱਤੀ ਜਾਂਦੀ ਹੈ। ਜਦੋਂ ਮੀਡੀਆ ਇੱਥੇ ਪਹੁੰਚਦੀ ਹੈ, ਮੀਡੀਆ ਗੱਲਬਾਤ ਕਰਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਗੱਡੀ ਨੂੰ ਲੈ ਕੇ ਜਾਇਆ ਜਾ ਰਿਹਾ। ਔਰ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਆ ਰੂਲ ਹੈ, ਉਹਨਾਂ ਨੇ ਕਿਹਾ ਕਿ ਇਹ ਗੱਡੀ ਅਸੀਂ ਜਿਹੜੀ ਹੈ ਇੱਥੋਂ ਛੱਡ ਸਕਦੇ ਹਾਂ, ਰੂਲ ਹੈ ਇਹਨਾਂ ਨੇ ਕਿਹਾ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਕੋਰਟ ਦੀਆਂ। ਨਹੀਂ ਫਿਰ ਇੱਥੇ ਕਿੱਦਾਂ ਛੱਡਤੀ ਗੱਡੀ, ਇੱਥੇ ਕਿੱਦਾਂ ਛੱਡਤੀ, ਲੋਕਾਂ ਦੀ ਛੱਡਦੇ ਹੋ? ਨਹੀਂ ਉਹ ਮੁਲਾਜ਼ਮ ਸੀਗਾ ਤਾਂ ਗੱਡੀ ਛੱਡੀ ਆ। ਲੋਕਾਂ ਦੀਆਂ ਛੱਡਦੇ ਹੋ ਗੱਡੀਆਂ ਤਾਂ? ਕਿਹਦੀ ਛੱਡੇ ਕਿਆ ਦੱਸੋ ਮੈਨੂੰ, ਗਿਣਤੀ ਦੱਸੋ ਕਿਹਦੀ ਕਿਹਦੀ ਲੋਕਾਂ ਦੀ ਗੱਡੀ ਛੱਡੀ ਤੁਸੀਂ? ਲੋਕਾਂ ਨੂੰ ਤੁਸੀਂ ਖੱਜਲ ਕਰਦੇ ਹੋ, ਪੁਲਿਸ ਵਾਲਿਆਂ ਦੀ ਤੁਸੀਂ ਸੇਵਾ ਕਰਦੇ ਹੋ ਹੈ? ਗੱਡੀਆਂ ਲੋਕਾਂ ਦੀਆਂ ਛੱਡੀਆਂ ਰਸਤੇ ਦੇ ਵਿੱਚ, ਲੋਕੀ ਮਿਹਨਤਾਂ ਕਰਦੇ ਆ ਤੇ ਪਹਿਲਾਂ ਗੱਡੀ ਟੋ ਕਰਦੀ ਸੀ, ਕਿਹਦੀ ਆ ਗੱਡੀ ਇਹ? ਅਹਿਸਾਸ ਕਿੱਦਾਂ ਹੋਊਗਾ ਬੰਦੇ ਨੂੰ? ਲੋਕਾਂ ਨੂੰ ਤੁਸੀਂ ਅਹਿਸਾਸ ਕਰਾਉਂਦੇ ਹੋ, ਮੁਲਾਜ਼ਮਾਂ ਨੂੰ ਕਿਉਂ ਨਹੀਂ ਕਰਾਉਂਦੇ? ਨਹੀਂ ਕਿੰਨੇ ਕਿੰਨੇ ਗਿਆ ਤੁਹਾਨੂੰ, ਕਿਹੜਾ ਇੰਚਾਰਜ ਹੈ? ਮੇਰੇ ਕਹਿਣ ਦਾ ਇਹ ਮਤਲਬ ਹੈ, ਤੁਸੀਂ ਲੋਕਾਂ ਨੂੰ ਵੀ ਏਦਾਂ ਗੱਡੀਆਂ ਛੱਡਦੇ ਹੋ ਕਿ ਨਹੀਂ ਛੱਡਦੇ ਹੋ? ਆਹ ਦੱਸੋ ਪਹਿਲੇ, ਕਿੰਨੀਆਂ ਗੱਡੀਆਂ ਛੱਡੀਆਂ? ਫਿਰ ਤੁਹਾਨੂੰ ਕਿਦਾਂ ਪਤਾ ਛੱਡਦੇ ਹੋ? ਗੱਡੀ ਦਫ਼ਤਰ ਵਾਲਿਆਂ ਨੇ ਛੱਡੀ, ਤੂੰ ਛੱਡੀ ਹੈ? ਕਿੰਨੇ ਹੁਕਮ ਹੋਇਆ ਮੇਰਾ ਵੀਰ, ਗੱਲ ਤੁਸੀਂ ਥੋੜੀ ਦੇਰ ਪਹਿਲਾਂ ਹੁਣੇ ਕਹਿ ਰਹੇ ਸੀ ਨਾ ਹੁਕਮ ਹੈ ਕਿ ਅਸੀਂ ਗੱਡੀ ਛੱਡ ਸਕਦੇ ਹਾਂ, ਕਿਹੜਾ ਹੁਕਮ ਹੈ ਮੈਨੂੰ ਦੱਸੋ?
ਸਰ ਏਸੀਪੀ ਸਾਹਿਬ ਨਾਲ ਗੱਲ ਕਰੋ, ਉਹਨਾਂ ਨੇ ਕਿਹਾ ਵੀ ਜੋ ਮੌਕੇ ਤੇ ਬੰਦਾ ਆਇਆ ਤਾਂ ਉਹ ਰੋਂਗ ਪਾਰਕਿੰਗ ਚਲਾਉਣ ਕਰਾ ਸਕਦੇ। ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਮੁਲਾਜ਼ਮ ਦੀ ਗੱਡੀ ਜਿਹੜੀ ਨੋ ਪਾਰਕਿੰਗ 'ਚ ਲੱਗੀ ਸੀ ਤਾਂ ਮੁਲਾਜ਼ਮ ਦੀ ਗੱਡੀ ਜਿਹੜੀ ਟੋ ਕਰ ਲਿੱਤੀ ਗਈ ਸੀ, ਤਾਂ ਉਸ ਤੋਂ ਬਾਅਦ ਜਦੋਂ ਇਹ ਮੁਲਾਜ਼ਮ ਗੱਡੀ ਦੇ ਅੱਗੇ ਆਇਆ ਤਾਂ ਗੱਡੀ ਜਿਹੜੀ ਛੱਡ ਦਿੱਤੀ ਜਾਂਦੀ ਹੈ। ਜਦੋਂ ਮੀਡੀਆ ਇੱਥੇ ਪਹੁੰਚਦੀ ਹੈ, ਮੀਡੀਆ ਗੱਲਬਾਤ ਕਰਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਗੱਡੀ ਨੂੰ ਲੈ ਕੇ ਜਾਇਆ ਜਾ ਰਿਹਾ। ਔਰ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਆ ਰੂਲ ਹੈ, ਉਹਨਾਂ ਨੇ ਕਿਹਾ ਕਿ ਇਹ ਗੱਡੀ ਅਸੀਂ ਜਿਹੜੀ ਹੈ ਇੱਥੋਂ ਛੱਡ ਸਕਦੇ ਹਾਂ, ਰੂਲ ਹੈ ਇਹਨਾਂ ਨੇ ਕਿਹਾ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਕੋਰਟ ਦੀਆਂ।